ਇੱਕ ਬਹੁਤ ਪੱਖੀ ਸ਼ਖਸੀਅਤ ਅਤੇ ਸਿੰਚਾਈ ਵਿਭਾਗ ਦੇ ਰਿਟਾਇਰਡ SDO ਸਰਦਾਰ ਲਾਲ ਸਿੰਘ ਢਿੱਲੋਂ ਆਪਣੇ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ ਵਿੱਚ ਲੀਨ ਹੋ ਗਏ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅੰਤਮ ਅਰਦਾਸ ਗੁਰਦੁਆਰਾ ਦਸ਼ਮੇਸ਼ ਨਗਰ ਗਲੀ ਨੰਬਰ 3 ਮੋਗਾ ਵਿਖੇ ਕੀਤੀ ਗਈ।
ਸਮਾਜ ਸੇਵਾ ਦੀ ਬੋਰਡ ਰੱਖਦੇ ਸਨ
ਉਹਨਾਂ ਦੇ ਜਾਣ ਦਾ ਜਿੱਥੇ ਪਰਿਵਾਰ ਨੂੰ ਬਹੁਤ ਬੜਾ ਘਾਟਾ ਪਿਆ ਉੱਥੇ ਸਮਾਜ ਲਈ ਵੀ ਦੁਖਦਾਈ ਹੈ ਪਰਿਵਾਰ ਲਈ ਤਾਂ ਹੋਣਾ ਕਿਉਂਕਿ ਭਾਵੇਂ ਬੰਦਾ ਕਿੰਨੀ ਵੀ ਉਮਰ ਜਾਵੇ ਪਰ ਜਦੋਂ ਵੀ ਕਦੇ ਕੋਈ ਖੁਸ਼ੀ ਦਾ ਦਿਨ ਹੁੰਦਾ ਉਹ ਯਾਦ ਆਉਂਦੀ ਰਹਿੰਦੀ ਹੈ ਕਿ ਜੋ ਸਾਡੇ ਵਿੱਚ ਹੁੰਦੇ ਸਨ ਨੇਕ ਰਹਿ ਦਿੰਦੇ ਤੇ ਜੋ ਸੰਗਤ ਨਾਲ ਮਿਲ ਕੇ ਅਰਦਾਸ ਕੀਤੀ ਹੈ ਗੁਰੂ ਕਿਰਪਾ ਕਰਨ ਤੇ ਉਹਨਾਂ ਨੂੰ ਆਪਦੇ ਚਰਨਾਂ ਚ ਨਿਵਾਸ ਬਖਸ਼ਣ ਤੇ ਉਹਨਾਂ ਦੀ ਆਤਮ ਸ਼ਾਂਤੀ ਦੀ ਅਰਦਾਸ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਜੀਵਨ ਕੀ ਹੈ ਇਹ ਸੰਸਾਰ ਕੀ ਹੈ ਇਸ ਪ੍ਰਸ਼ਨ ਦੇ ਜਿਹਨਾਂ ਦਾ ਉੱਤਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਹਮੇਸ਼ਾ ਦੇ ਰਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਿੱਧਾਂ ਨੇ ਪੁੱਛਿਆ ਕਹਿੰਦੇ ਮਹਾਰਾਜ ਇਹ ਸੰਸਾਰ ਦਾ ਵਿਹਾਰ ਕਿਵੇਂ ਚੱਲਦਾ ਤੇ ਦੁਨੀਆਂ ਚੱਲ ਰਹੀ ਹੈ ਇਹ ਕਿਵੇਂ ਚੱਲ ਰਹੀ ਹੈ ਤੇ ਸਤਿਗੁਰ ਨੇ ਜੋ ਵਚਨ ਧਾਰਨ ਕੀਤੇ ਸੀ ਉਹ ਆਪਾਂ ਜੋਤੀ ਸਾਹਿਬ ਜੀ ਰਤੀ ਪੌੜੀ ਵਿੱਚ ਆਪ ਵੀ ਪੜ੍ਹਦੇ ਹਾਂ ਸੰਯੋਗ ਵਿਯੋਗ ਦੋਵੇਂ ਕਾਰਜ ਦਾ ਇੱਕ ਮੇਲ ਹੈ ਇੱਕ ਵਿਛੋੜਾ ਹੈ ਇੱਕ ਪਾਸੇ ਮੇਲ ਹੈ ਇੱਕ ਪਾਸੇ ਵਿਛੋੜਾ ਇਹ ਦੋਵੇਂ ਸ਼ਕਤੀਆਂ ਸੰਸਾਰ ਦੇ ਵਿਹਾਰ ਨੂੰ ਚਲਾ ਰਹੀਆਂ ਸਾਡਾ ਜੀਵਨ ਕੀ ਹੈ ਸਤਿਗੁਰੂ ਕੋਸ਼ਿਸ਼ ਕਰਦੇ ਹੈ ਸਾਡਾ ਜੀਵਨ ਹੈ ਦੋ ਚੀਜ਼ਾਂ ਦਾ ਮੇਲ ਕਾਇਆ ਹੰਸ ਸੰਯੋਗ ਮੇਲ ਮਿਲਾ ਇਹ ਸਰੀਰ ਹੈ ਇਹ ਚਾਤਕ ਤੱਤ ਦਾ ਸੰਯੋਗ ਹੋ ਗਿਆ ਮਿਲ ਗਿਆ ਇਹ ਸਾਡਾ ਜਨਮ ਜੀਵਨ ਹੋ ਗਿਆ ਇਹ ਹੀ ਕੀ ਆ ਵਿਯੋਗ ਜਿਹੜੇ ਉਪਾਇਆ ਜਦੋਂ ਸਰੀਰ ਵਿੱਚੋਂ ਆਤਮ ਤੱਤ ਚਲਾ ਗਿਆ ਇਹਦਾ ਵਿਯੋਗ ਹੋ ਗਿਆ ਸਾਡਾ ਜੀਵਨ ਖਤਮ ਹੋ ਗਿਆ ਇਹ ਵਿਯੋਗ ਦੀ ਸ਼ਕਤੀ ਗੁਰਮੁਖ ਸਾਹਿਬ ਵੱਲੋਂ ਢਿੱਲੋਂ ਸਾਹਿਬ ਦੀ ਯਾਦ ਵਿੱਚ 11,000 ਰੁਪਏ ਗੁਰਦੁਆਰਾ ਦਸ਼ਮੇਸ਼ ਨਗਰ ਦੀ ਸੇਵਾ ਵਾਸਤੇ ਅਰਪਣ ਕੀਤੇ ਜਾਂਦੇ ਹਨ ਗੁਰੂ ਸਾਹਿਬ ਕਿਰਪਾ ਕਰਨ ਪਰਿਵਾਰ ਨੂੰ ਭਾਣਾ ਮਰਨ ਦਾ ਬਲ ਬਖਸ਼ਣ ਰਹਿਮ ਦਾ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ